ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਬੜੀ ਸਤਿ ਸ੍ਰੀ ਅਕਾਲ ਫਤਿਹ ਪ੍ਰਵਾਨ ਕਰ ਲਿਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਾਡੇ ਪਰਿਵਾਰ ਦੇ ਬਹੁਤ ਹੀ ਸਤਿਕਾਰਯੋਗ ਬੀਬੀ ਲਖਮੀ ਜੋ ਕਿ ਪਿਛਲੇ ਦਿਨ ਹੀ ਜਿੰਨੀ ਸਵਾਸਾਂ ਦੀ ਪੂੰਜੀ ਗੁਰੂ ਸਾਹਿਬ ਨੇ ਬਖਸ਼ੀ ਸੀ ਉਹ ਪੂਰੀ ਕਰਕੇ ਗੁਰੂ ਸਾਹਿਬ ਦੇ ਚਰਨਾਂ ਜਾ ਰਹੇ ਸਨ। ਅਸੀਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਗਣ ਦੀ ਸਮਰੱਥਾ ਬਖਸ਼ਣ। ਮਰਨਾ ਕੀ ਹੈ? ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਗਿਆ। ਜਾਣ ਵਾਲਾ ਚਲਾ ਜਾਂਦਾ ਹੈ, ਉਹਦੇ ਨਾਲ ਕਦੀ ਮੁਲਾਕਾਤ ਨਹੀਂ ਹੋ ਸਕਦੀ, ਉਹਦੇ ਨਾਲ ਕਦੀ ਗੱਲ ਨਹੀਂ ਹੋ ਸਕਦੀ, ਦੁੱਖ ਤੇ ਇਸ ਗੱਲ ਦਾ ਹੁੰਦਾ ਹੈ। ਪਰ ਮਰਨਾ ਮਰਨਾ ਸਭ ਨੇ ਹੈ ਤੇ ਮਰਨਾ ਇੱਕ ਐਸਾ ਵਿਸ਼ਾ ਹੈ ਗੁਰੂ ਪਿਆਰੋ ਜਿਹੜਾ ਗੁਰੂ ਸਾਹਿਬ ਨੇ ਰਾਜ਼ ਰੱਖਿਆ ਹੈ। ਉਹ ਮੌਤ ਕਦੋਂ ਆਉਣੀ ਹੈ, ਕਿਹਨੂੰ ਆਉਣੀ ਹੈ, ਕਿੱਦਾਂ ਆਉਣੀ ਹੈ, ਇਹ ਅੱਜ ਤੱਕ ਇਹਦਾ ਕੋਈ ਭੇਦ ਨਹੀਂ ਪਾ ਸਕਿਆ। ਪਰ ਜੀਣਾ ਕਿਵੇਂ ਹੈ ਉਹਦੀ ਜਾਂਚ ਗੁਰੂ ਸਾਹਿਬ ਨੇ ਬਾਣੀ ਅੰਦਰ ਦਿੱਤੀ ਹੈ ਕਿ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣ ਦੀ ਗੱਲ। ਗੱਲ ਜਿੱਥੇ ਮੌਤ ਦੀ ਆਉਂਦੀ ਹੈ ਉੱਥੇ ਕਿਹਾ ਜਾਂਦਾ ਹੈ ਕਿ ਮਰਨਾ ਸੱਚ ਤੇ ਜਿਉਣਾ ਝੂਠ। ਔਰ ਇਹ ਯਕੀਨ ਮੰਨ ਲੈਣ ਗੁਰੂ ਪਿਆਰਿਓ, ਅਸੀਂ ਜ਼ਿੰਦਗੀ 'ਚ ਕਦੀ ਪੈਸੇ ਨਹੀਂ ਕਮਾਉਂਦੇ, ਅਸੀਂ ਕਦੀ ਮਿਹਰਬਾਨੀਆਂ ਨਹੀਂ ਕਮਾਉਂਦੇ, ਅਸੀਂ ਕਦੀ ਬੈਂਕ ਬੈਲੈਂਸ ਨਹੀਂ ਕਮਾਉਂਦੇ। ਜੇ ਕਮਾਏ ਜਾਂਦੇ ਹਨ ਤੇ ਕਮਾਏ ਜਾਂਦੇ ਹਨ ਰਿਸ਼ਤੇ, ਜੇ ਕਮਾਏ ਜਾ ਸਕਦਾ ਹੈ ਕਮਾਏ ਜਾਂਦੇ ਹਨ ਲੋਕ, ਜੇ ਕਮਾਇਆ ਜਾ ਸਕਦਾ ਹੈ ਤੇ ਕਮਾਇਆ ਜਾਂਦਾ ਹੈ ਪਿਆਰ। ਔਰ ਇਸੇ ਕਮਾਈ ਦਾ ਸਦਕਾ ਹੀ ਹੈ ਜਿਹੜਾ ਤੁਸੀਂ ਅੱਜ ਇਹ ਭਰਿਆ ਹੋਇਆ ਹਾਲ ਦੇਖ ਰਹੇ ਹੋ, ਇਹ ਬਿਲਕੁਲ ਪਰਿਵਾਰ ਦੀ ਕਮਾਈ ਦਾ ਹੀ ਸਦਕਾ ਹੈ। ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਸਾਰੇ ਪੱਤਰ ਤੇ ਖਾਲੀਆਂ ਪੜ ਰਹੇ ਹਨ। ਮਲਕੀਤ ਸਿੰਘ ਰਾਣਾ ਜੀ ਜੋ ਕਿ ਲਖਵੀਰ ਕੌਰ ਜੀ ਦੇ ਬ੍ਰਦਰ ਵੀ ਹਨ, ਇਹ ਇੰਗਲੈਂਡ ਤੋਂ ਹਾਜ਼ਰੀਆਂ ਭਰ ਰਹੇ ਹਨ। ਪਰਮਜੀਤ ਸਿੰਘ ਸਰਨਾ ਜੀ ਹਾਜ਼ਰੀਆਂ ਭਰ ਕੇ ਜਾ ਚੁੱਕੇ ਹਨ। ਗੁਰਦੇਵ ਸਿੰਘ ਰਿਆਤ ਜੀ ਪ੍ਰੈਜ਼ੀਡੈਂਟ AIRVIP ਨੇ ਸ਼ੋਕ ਮਤਾ ਭੇਜਿਆ ਹੈ। TP ਸਿੰਘ ਜੀ ਹਾਜ਼ਰੀਆਂ ਭਰ ਰਹੇ ਹਨ। ਸਾਡੇ ਕੌਂਸਲਰ ਅਤੇ MLA ਸਾਹਿਬਾਨ ਰਾਜੇਸ਼ ਲਾਡੀ ਜੀ ਅਤੇ ਰਾਜਕੁਮਾਰ ਕੋਕਲ ਢਿੱਲੋ ਜੀ ਨੇ ਸ਼ੋਕ ਮਤਾ ਭੇਜਿਆ ਹੈ। ਬੀਬੀ ਰਣਜੀਤ ਕੌਰ ਜੀ ਸ਼ੋਕ ਮਤਾ ਭੇਜਿਆ ਹੈ। ਰਸਪਾਲ ਸਿੰਘ ਜੀ ਕਿਸ਼ਨਗੜ੍ਹ ਤੋਂ ਹਾਜ਼ਰੀਆਂ ਭਰ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਤਜਿੰਦਰਪਾਲ ਸਿੰਘ ਗੋਪਾ ਜੀ ਹਾਜ਼ਰੀਆਂ ਭਰ ਰਹੇ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਬਲਾਕ ਤੋਂ ਪ੍ਰਧਾਨ ਸਾਹਿਬ ਸਰਦਾਰ ਅਮਰਜੀਤ ਸਿੰਘ ਟੱਕਰ ਜੀ, ਹਰਭਜਨ ਸਿੰਘ ਜੀ, GS ਗਰਚਾ ਜੀ ਅਤੇ ਪੁਰਬਾ ਜੀ ਹਾਜ਼ਰੀਆਂ ਭਰ ਰਹੇ ਹਨ। ਸ਼ਗਾਲਾ ਸਿੰਘ ਜੀ ਸਾਡੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਰਵਿੰਦਰ ਸਿੰਘ ਸੋਨੂ ਜੀ ਹਾਜ਼ਰੀ ਭਰ ਰਹੇ ਹਨ। ਜਤਿੰਦਰਪਾਲ ਸਿੰਘ ਗਾਗੀ ਜੀ ਆਪਣੀ ਪੂਰੀ ਟੀਮ ਦੇ ਨਾਲ ਰਾਮਗੜੀਆ ਬੋਰਡ ਦੇ ਮੁਖੀ ਹਾਜ਼ਰੀ ਭਰ ਰਹੇ ਹਨ। ਕਮਲ ਮਣਿਹਾਲ ਜੀ ਪ੍ਰੈਜ਼ੀਡੈਂਟ RWA ਬੀ ਬਲਾਕ ਤੋਂ ਹਾਜ਼ਰੀਆਂ ਭਰ ਰਹੇ ਹਨ। ਹਰਚਰਨ ਸਿੰਘ ਸੀਨਾ ਜੀ ਹਾਜ਼ਰੀਆਂ ਭਰ ਰਹੇ ਹਨ। ਹਰਜੀਤ ਸਿੰਘ ਰੋਮੀ ਜੀ ਹਾਜ਼ਰੀਆਂ ਭਰ ਰਹੇ ਹਨ। ਸਮੁੱਚੀ ਟੀਮ RWA ਗਲੀ ਨੰਬਰ 1 ਦੀ ਹਾਜ਼ਰੀ ਭਰ ਰਹੀ ਹੈ। ਦਿਨੇਸ਼ ਸਿੰਘ ਜੀ ਹਾਜ਼ਰੀ ਭਰ ਰਹੇ ਹਨ। ਪਰਮਜੀਤ ਸਿੰਘ ਮੱਕੜ ਜੀ ਆਪਣੀ ਸਮੂਹ ਕਮੇਟੀ ਦੇ ਨਾਲ ਹਾਜ਼ਰੀਆਂ ਭਰ ਰਹੇ ਹਨ। ਸਾਡੇ ਬਹੁਤ ਹੀ ਮਾਣਯੋਗ ਜਸਪ੍ਰੀਤ ਸਿੰਘ ਵਿੱਕੀ ਮਾਨ ਜੀ ਹਾਜ਼ਰੀਆਂ ਭਰ ਰਹੇ ਹਨ। ਪਰਿਵਾਰ ਵੱਲੋਂ ਬੇਨਤੀ ਹੋਈ ਹੈ, ਬੁਲਾਰੇ ਦੇ ਬਹੁਤ ਸਾਰੇ ਹਨ ਪਰ ਸਮੇਂ ਦੀ ਘਾਟ ਨੂੰ ਦੇਖਦੇ ਹੋਏ ਅਸੀਂ ਬੇਨਤੀ ਕਰਾਂਗੇ ਇਸ ਪਰਿਵਾਰ ਦੇ ਬਹੁਤ ਹੀ ਨਜ਼ਦੀਕੀ TP ਸਿੰਘ ਜੀ ਨੂੰ ਕਿ 2 ਮਿੰਟਾਂ ਲਈ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਨ। ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਤੇ ਉੱਠੀ ਜਾਏ ਦੇ ਮਹਾਂਵਾਕ ਅਨੁਸਾਰ ਬੀਬੀ ਲਖਬੀਰ ਕੌਰ ਜੀ ਸੁਪਤਨੀ